अस्सलाम वालेकुम जी। लो जी दोस्तों, यह है जी अपनी डिस्क जी, ये हैगी जी 23 प्लेट की डिस्क है जी अपने बनी है जनाबे वाला जी, सही जरे इंडस्ट्री उकाड़ा दी जी। बाकी इनू जिहड़े है आपां तवे जिहनू कह दिंदे आ, वह है ये 26 इंच दे पवाए आपां। यह पिछली साइड ते जिहड़ा पाइप टाइप लगा ना जी, ਇਹ ਜਿੱਦਾਂ ਜਿੱਦਾਂ ਲੰਬੀਆਂ ਘੱਟ ਸਕਣਗੀਆਂ ਜਾਂ ਬਲੇਡ ਘੱਸਣਗੇ, ਇਹਦੀ ਉਸ ਤਰ੍ਹਾਂ ਐਡਜਸਟ ਕਰ ਸਕਦੇ ਹਾਂ ਤਾਂ ਕਿ ਮਿੱਟੀ ਨਿਕਲ ਜਾਏ। ਬਾਕੀ ਇਹ ਜੈਕ ਸਿਸਟਮ ਹੈ ਜੀ, ਜੈਕ ਲੱਗਾ ਇਹਨੂੰ, ਜੈਕ ਦੇ ਨਾਲ ਹੀ ਖੁੱਲ੍ਹਣਗੀਆਂ ਇਹ, ਔਰ ਜੈਕ ਦੇ ਨਾਲ ਹੀ ਇਹਦੇ ਟਾਇਰ ਵੀ ਉੱਪਰ ਆ ਜਾਣਗੇ। ਜਿਸ ਤਰ੍ਹਾਂ ਕਿ ਆਪਣੇ ਕੋਲ ਪਹਿਲੇ 24 ਦੀਆਂ ਸੀਗੀਆਂ, ਉਸ ਤੋਂ ਬਾਅਦ ਵਿੱਚ ਹੁਣ ਆਪਾਂ ਇਹ ਜਿਹੜੀਆਂ ਹੈ ਜੀ 20 ਦੀਆਂ ਫਿਰ ਬਣਵਾਈਆਂ ਸੀ ਆਪਾਂ, 20 ਤੋਂ ਬਾਅਦ ਹੁਣ ਆਪਾਂ ਇਹ ਆਏ ਆ ਜੀ 23 ਦੇ ਉੱਪਰ ਜੀ, 23 ਡਿਸਕ ਬਣਾਈ ਹੈ ਜੀ ਇਹ। ਇਹ ਰੂਟਾ ਕੱਟ ਦਾ ਜੀ, ਇਹ ਰੂਟਾ ਕੱਟ ਜਿਹੜਾ ਹੈ ਜੀ ਆਪਣਾ ਇਹ 78 ਦਾ ਵਾ ਜੀ। ਇਹ ਆਪਾਂ ਦੋ ਬਣਵਾਏ ਆ ਜੀ, ਇੱਕ ਇਸ ਜਿਹੜੇ 'ਤੇ ਪਿਆ, ਇੱਕ ਦੂਸਰੇ 'ਤੇ ਗਿਆ ਵਾ ਜੀ। ਜਿਸ ਤਰ੍ਹਾਂ ਆਪਣੇ ਕੋਲ ਪਹਿਲੇ 90 ਦਾ ਚੱਲਦਾ ਸੀਗਾ ਜੀ, ਇਹ ਹੁਣ 78 ਦਾ ਜੀ, ਇੱਕ ਪਹਿਲੇ ਵੀ ਆਪਣੇ ਕੋਲ 78 ਦੇ ਚੱਲ ਰਹੇ ਆ ਜੀ। ਅਤੇ ਮਾਸ਼ਾਅੱਲਾ ਜੀ ਰੂਟਾ ਵਿੱਟ ਔਰ ਡਿਸਕ ਜਿਹੜੀ ਇਹਨਾਂ ਦੀ ਬਹੁਤ ਅੱਛੀ ਆ। ਬਾਕੀ ਇਹ ਜਦੋਂ ਚਲਾਵਾਂਗੇ ਆਪਾਂ ਡਿਸਕ ਵੀ ਅਤੇ ਔਰ ਰੂਟਾ ਵੀ, ਤਾਂ ਦੋਸਤਾਂ ਨੂੰ ਫਿਰ ਇਹਦੀ ਕਾਰਕਰਦਗੀ ਜਿਹੜੀ ਹੈ ਜੋ ਵੀ ਹੈ ਉਹ ਦੋਸਤਾਂ ਦੇ ਸਾਹਮਣੇ ਆ ਜਾਏਗੀ ਜੀ। ਇਹ ਨਵੇਂ ਡੇਰਾ ਸੀ ਜੀ, ਨਵੇਂ ਡੇਰੇ ਦੇ ਉੱਪਰ ਆਇਆ ਇਹ ਸਮਾਨ ਜੀ ਲਿਆਂਦਾ ਆਪਾਂ। ਰੂਟਾ ਵਿੱਟ ਵੀ ਦੋ ਲਿਆਂਦੇ, ਇੱਕ ਨਾਲ ਹੀ ਪਿਆ ਦੂਸਰੀ ਸਾਈਡ ਦੇ ਉੱਤੇ ਜੀ, ਜੇ ਅਗਰ ਉੱਧਰ ਸਾਈਡ 'ਤੇ ਗਿਆ ਤਾਂ ਵੀ ਦੋਸਤਾਂ ਨਾਲ ਸ਼ੇਅਰ ਕਰਾਂਗੇ ਆਪਾਂ। ਇਸ ਤੋਂ ਇਲਾਵਾ ਆਪਾਂ ਇੱਕ ਬਣਵਾਇਆ ਸੀਗਾ ਜੀ, ਆਪਾਂ ਚੀਜ਼ਲਰ 9 ਫਾਲਾ ਚੀਜ਼ਲਰ ਵੀ ਇੱਕ ਬਣਵਾਇਆ ਸੀਗਾ ਜੀ, ਉਹ ਵੀ ਦੋਸਤਾਂ ਨੂੰ ਚੈੱਕ ਕਰਵਾਉਂਦੇ ਹਾਂ ਜੀ। ਅਤੇ ਕਮੈਂਟ 'ਚ ਲਾਜ਼ਮੀ ਦੱਸਣਾ ਕਿ ਕੈਸਾ ਲੱਗਾ ਜੀ, ਡਿਸਕ ਕੈਸੀ ਲੱਗੀ ਔਰ ਰੂਟਾ ਵਿੱਟ ਔਰ ਇਸ ਤੋਂ ਇਲਾਵਾ ਆਪਣਾ ਚੀਜ਼ਲਰ ਜਿਹੜਾ ਹੈ ਜੀ। ਹਾਂਜੀ, ਇੱਕ ਉਹ ਦੋਸਤਾਂ ਨੂੰ ਮੈਂ ਦੱਸਦਾ ਚੱਲਾ, ਦੋਸਤ ਕਾਫੀ ਦੇਰ ਦੇ ਮੇਰੇ ਕੋਲ ਪੁੱਛ ਰਹੇ ਆ ਕਿ ਇੱਕ ਉਹ ਮਾਨਾ ਵਾਲੇ ਬਣਾ ਰਹੇ ਸੀ ਡਬਲ ਸਵੀਟ ਰੂਟਾ ਬੈਟਰ ਜੀ, ਠੀਕ ਹੈ ਜੀ, ਉਹ ਐਮ ਅਕਰਮ ਜ਼ਰਈ ਇੰਡਸਟਰੀ ਵਾਲੇ ਜੀ, ਉਹ ਵੀ ਆਪਣੇ ਕੋਲ ਆਏਗਾ, ਉਹ ਵੀ ਆਪਾਂ ਚੈੱਕ ਕਰਾਂਗੇ, ਉਹ ਵੀ ਦੋਸਤਾਂ ਨਾਲ ਸ਼ੇਅਰ ਕਰਾਂਗੇ ਕਿ ਕੈਸਾ ਚੱਲ ਰਿਹਾ ਉਹ, ਕਿਉਂਕਿ ਕਾਫੀ ਦੋਸਤ ਪੁੱਛ ਰਹੇ ਸੀਗੇ ਕਿ ਉਹ ਰੂਟਾ ਬੈਟਰ ਕਦੋਂ ਆ ਰਿਹਾ ਜੀ। ਇਹ ਅਗਰ ਐਮ ਜਵੇਦ ਆਪਣੇ, ਸੋਰੀ, ਐਮ ਅਕਰਮ ਜ਼ਰਈ ਇੰਡਸਟਰੀ ਮਾਨਾ ਵਾਲਾ, ਉਹ ਵੀ ਵੀਡੀਓ ਦੇਖ ਰਹੇ ਆ, ਅਤੇ ਦੋਸਤ ਕਾਫੀ ਪੁੱਛ ਰਹੇ ਜੀ ਰੂਟਾ ਬੇਟਾ ਕਦੋਂ ਆ ਰਿਹਾ ਜੀ ਦੂਸਰਾ, ਉਹ ਡਬਲ ਸਵੀਟ ਜਿਹੜਾ ਹੈ, ਅਤੇ ਉਹ ਵੀ ਦੋਸਤਾਂ ਨਾਲ ਫਿਰ ਸ਼ੇਅਰ ਕਰਾਂਗੇ ਜੀ ਜਦੋਂ ਆਏਗਾ ਜੀ। ਬਾਕੀ ਜੀ ਇਹ ਵੀਡੀਓ ਪਹਿਲੇ ਮੈਂ ਬਣਾਈ ਸੀਗੀ, ਇਹਦੇ ਉੱਪਰ ਸਾਰਾ ਮੈਂ ਆਵਾਜ਼ ਸੀਗੀ ਮੇਰੀ, ਲੇਕਿਨ ਮੈਂ ਬਾਅਦ 'ਚ ਵੀਡੀਓ ਦੇਖੀ ਤਾਂ ਆਵਾਜ਼ ਨਹੀਂ ਆ ਰਹੀ ਸੀਗੀ, ਫਿਰ ਇਸ ਵਾਸਤੇ ਦੁਬਾਰਾ ਹੁਣ ਵੀਡੀਓ ਦੇ ਉੱਪਰ ਆਵਾਜ਼ ਜਿਹੜੀ ਉਹ ਲਗਾ ਰਿਹਾ ਵਾਂ, ਉਹ ਅੱਗੇ ਪਿੱਛੇ ਹੋ ਸਕਦਾ ਸਾਰਾ ਸਿਸਟਮ ਹੁਣ, ਲੇਕਿਨ ਪਹਿਲੇ ਜਿਹੜੀ ਮੈਂ ਵੀਡੀਓ ਬਣਾਈ ਸੀ ਨਾ, ਤਾਂ ਬਾਅਦ 'ਚ ਮੈਂ ਜਦੋਂ ਉਹਨੂੰ ਕੀਤਾ ਨਹੀਂ ਚਲਾ ਕੇ ਚੈੱਕ ਕੀਤੀ ਵੀਡੀਓ ਨੂੰ, ਉਹ 'ਚ ਆਵਾਜ਼ ਨਹੀਂ ਆ ਰਹੀ ਸੀਗੀ ਜੀ। ਇਹ ਬਣਾਇਆ ਜੀ ਆਪਾਂ ਚੀਜ਼ ਦਾ 9 ਫਾਲਾ ਜਿਹੜਾ ਜੀ, ਇਹ ਵੀ ਦੋਸਤ ਦੱਸਿਓ ਜੀ ਕੈਸਾ ਲੱਗਿਆ ਜੀ ਇਹ। ਬਾਕੀ ਇਹਦੀ ਪ੍ਰਾਈਸ ਵਗੈਰਾ ਜਿਹੜੀ ਹੈ ਉਹ ਵੀ ਦੋਸਤਾਂ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ ਜੀ। ਬਾਕੀ ਜੀ ਇਹ ਚੌਧਰੀ ਸਾਹਿਬ ਮੇਰੇ ਨਾਲ ਆਏ ਆ ਜੀ, ਇੱਕ ਇਹ ਆਪਣੇ ਦੋਸਤ ਆ ਜੀ, ਕਾਫੀ ਅੱਛਾ ਜ਼ਿਮੀਦਾਰ ਆ ਇਹਨਾਂ ਦਾ ਜੀ, ਸਿਆਣੀ ਉਮਰ ਦੇ ਹੋਏ ਆ ਜੀ ਇਹ। ਬਾਕੀ ਇਹ ਟਰਾਲੇ ਆ ਜੀ ਦੋਨੋਂ ਜੈਕ ਵਾਲੇ, ਇੱਕ ਇਹ ਵਾਲਾ ਟਰਾਲਾ ਜੀ, ਇਹ ਤਾਂ ਆਪਾਂ 2023 'ਚ ਹੁਣ ਹੀ ਬਣਵਾਇਆ ਸੀ ਜੈਕ ਵਾਲਾ, ਐਮ ਜਵੇਦ ਯੂਸਫ ਵਾਲਿਓ ਜੀ, ਇਹ ਹੁਣ ਬਣਾਇਆ ਸੀ। ਇਹ ਟਰਾਲਾ ਜਿਹੜਾ ਹੈ ਨਾ ਜੀ, ਇਹ ਆਪਣੇ ਕੋਲ ਪਹਿਲੇ ਸੀ ਬਗੈਰ ਜੈਕ ਤੋਂ, ਇਹ ਵੀ ਐਮ ਜਵੇਦ ਦਾ ਬਣਿਆ ਸੀਗਾ, ਬਗੈਰ ਜੈਕ ਤੋਂ ਸੀ, ਇਹ ਆਪਾਂ ਸੇਲ ਕਰ ਦਿੱਤਾ ਸੀ ਆਪਣੇ ਇੱਕ ਦੋਸਤ ਨੂੰ ਜੀ, ਉਹ ਦੋਸਤ ਨੇ ਬਾਅਦ ਵਿੱਚ ਫਿਰ ਇਹਨੂੰ ਜੈਕ ਲਵਾਇਆ ਜੀ, ਉਹਨਾਂ ਨੇ ਹੁਣ ਦੁਬਾਰਾ ਜਿਹੜਾ ਹੈ ਨਾ ਜੀ ਉਹ ਜ਼ਿਮੀਦਾਰ ਘਟਾਇਆ, ਤਾਂ ਉਹਨਾਂ ਨੇ ਇਹ ਟਰਾਲਾ ਆਪਾਂ ਨੂੰ ਸੇਲ ਕਰ ਦਿੱਤਾ ਜੀ। ਇਹਦੇ ਵਿੱਚ ਵਿਲਾਇਤੀ ਚਾਦਰ ਲੱਗੀ ਸੀ, ਉਹਦਾ ਵੀ ਟਰਾਲੇ ਦਾ ਵਜ਼ਨ ਬਹੁਤ ਜ਼ਿਆਦਾ ਸੀਗਾ, MF 260, ਅਤੇ ਇਹਨੂੰ ਖੇਤ ਦੇ ਵਿੱਚ ਖਿੱਚ ਹੀ ਨਹੀਂ ਸਕਦਾ ਸੀਗਾ ਜੀ, ਇਹ ਫਿਰ ਉਹਨਾਂ ਕੋਲ ਦੁਬਾਰਾ ਲੈ ਲਿਆ ਜੀ। ਇਹ ਦੇਖੋ ਇਹਦੇ ਵਿੱਚ ਚਾਦਰ ਹੋਰ, ਇਹਦੇ ਅੰਦਰ ਵਿਲਾਇਤੀ ਚਾਦਰ, ਇਹ ਕਾਫੀ ਪੁਰਾਣਾ ਟਰਾਲਾ ਬਣਿਆ ਹੋਇਆ ਜੀ ਇਹ, ਹੁਣ ਤਾਂ ਪੇਂਟ ਸ਼ੇਂਟ ਕੀਤਾ ਵਾ ਤਾਂ ਲੱਗ ਰਿਹਾ ਜੀ।
ਬਾਕੀ ਇਹ ਆ ਗਿਆ ਜੀ ਆਪਣਾ MF 240 ਜੀ ਸਟੈਨਾਡਾਈਨ ਪੰਪ ਦੇ ਵਿੱਚ ਵਾ ਜੀ ਇਹ ਉਹੀ ਟੈਸਟ ਹੈ ਜਿਹਨੂੰ ਆਪਾਂ ਚਨਿਓਟ 'ਚੋਂ ਪੇਂਟ ਕਰਵਾਇਆ ਸੀਗਾ ਜੀ ਅਤੇ ਇਹਦੇ ਟਾਇਰ ਵੀ ਮੇਰੇ ਖਿਆਲ ਦੂਸਰੀ ਕਿ ਤੀਸਰੀ ਦਫ਼ਾ ਆਪਾਂ ਚੇਂਜ ਕਰ ਚੁੱਕੇ ਹਾਂ ਲੇਕਿਨ ਇਹਦੇ ਕੋਈ ਕੰਮ ਆਪਾਂ ਇਹ ਲਈਦਾ ਜੀ ਖਾਦ ਲੈਣ ਦੀ ਕੋਈ ਲੇਬਰ ਲੈਣ ਦੀ ਜਾਂ ਡੀਜ਼ਲ ਲੈਣ ਦੀ ਜਾਂ ਛੋਟਾ ਮੋਟਾ ਕਿਤੇ ਕੋਈ ਬੰਨਾ ਬੁੰਨਾ ਪਾਉਣਾ ਵਾ ਤਾਂ ਉਹ ਕਰ ਲਿਆ ਬਸ ਜੀ ਇਹਨਾਂ ਇਹੀ ਆਪਾਂ ਕੰਮ ਕਰੀਦਾ ਜੀ ਅਤੇ ਬਾਕੀ ਛੋਟੇ ਆਪਣੇ ਕੋਲ ਔਜ਼ਾਰ ਹੀ ਨਹੀਂ ਹੈ ਜੀ ਜਿਹੜਾ ਇਹਦੇ ਨਾਲ ਕੋਈ ਕੰਮ ਕਰੀਏ ਜੀ ਆਪਾਂ ਦੋਸਤੋ ਅੱਗੇ ਹੁਣ ਵੀਡੀਓ ਦੇਖੋ ਤੁਸੀਂ ਇਹ ਲੋਹੇ ਦਾ ਸੁਹਾਗਾ ਪਿਆ ਜੀ ਅੱਗੇ ਵੀਡੀਓ ਹੁਣ ਦੋਸਤ ਦੇਖਣ ਜੀ ਅਤੇ ਮਾਜ਼ਰ ਦੇ ਨਾਲ ਜੀ ਪਹਿਲੇ ਵੀਡੀਓ ਜਿਹੜੀ ਬਣਾਈ ਸੀ ਉਹਦੇ ਅੰਦਰ ਆਵਾਜ਼ ਨਹੀਂ ਆ ਰਹੀ ਸੀਗੀ ਇਹ ਬਾਅਦ 'ਚ ਹੁਣ ਉੱਪਰ ਦੁਬਾਰਾ ਜਿਹੜੀ ਆਵਾਜ਼ ਆ ਰਹੀ ਹੈ ਜੀ ਅਤੇ ਬਾਕੀ ਵੀਡੀਓ ਨੂੰ ਦੇਖੋ ਜੀ ਦੋਸਤ ਅਤੇ ਆਪਣੇ ਕਮੈਂਟ ਜਿਹੜੇ ਹੈਗੇ ਆਪਣੇ ਜਿਹੜਾ ਵੀ ਹੈ ਗੱਲਬਾਤ ਉਹ ਜ਼ਰੂਰ ਸ਼ੇਅਰ ਕਰਨਾ ਜੀ ਅਤੇ